2007 ਵਿੱਚ ਬਣੀ ਸਰਕਾਰ ਤੇ ਉੱਥੇ ਇੱਕ ਵਿਚਾਰ ਚੱਲੀ ਵੀ ਵਿਧਾਨ ਸਭਾ ਦੇ ਵਿੱਚ ਲਾਇਬ੍ਰੇਰੀ ਬਣਾਈ ਜਾਵੇ। ਕਹਿੰਦੇ ਠੀਕ ਹੈ ਵੀ ਆਪਾਂ ਲਾਇਬ੍ਰੇਰੀ ਬਣਾ ਦਾਂਗੇ। ਲਾਇਬ੍ਰੇਰੀ ਬਣਾਉਣ ਦੇ ਲਈ ਵੀ ਕਿਹੜੀਆਂ ਕਿਹੜੀਆਂ ਕਿਤਾਬਾਂ ਚਾਹੀਦੀਆਂ ਨੇ, ਉਹਨਾਂ ਕਿਤਾਬਾਂ ਦੀ ਚੋਣ ਕਰਨ ਦੇ ਲਈ 9 MLA ਦੀ ਇੱਕ ਕਮੇਟੀ ਬਣ ਗਈ। ਕਿਤਾਬਾਂ ਦੀ ਚੋਣ ਕਰਨ ਲਈ ਵੀ ਇਹ 9 ਜਾਣੇ 9 MLA ਸਿਲੈਕਟ ਕਰਨਗੇ, ਚੁਣਨਗੇ ਵੀ ਕਿਹੜੀਆਂ ਕਿਹੜੀਆਂ ਕਿਤਾਬਾਂ ਲੈਣੀਆਂ। ਉਹਨਾਂ 9 MLA ਨੇ 2007 ਤੋਂ ਲੈ ਕੇ 2011 ਤੱਕ ਲਾਇਬ੍ਰੇਰੀ ਵਾਸਤੇ ਕਿਤਾਬਾਂ ਚੁਣਨ ਦੇ ਲਈ 91 ਮੀਟਿੰਗਾਂ ਕੀਤੀਆਂ, 90 ਤੇ 1, 91 ਮੀਟਿੰਗਾਂ ਕੀਤੀਆਂ। ਪੰਜਾਬ ਦੀ ਵਿਧਾਨ ਸਭਾ ਲਈ ਕਿਤਾਬਾਂ ਚੁਣਨੀਆਂ, ਮੀਟਿੰਗ ਕਿੱਥੇ ਹੁੰਦੀ ਹੈ? ਕਦੇ ਮੀਟਿੰਗ ਹੁੰਦੀ ਹੈ ਸ਼ਿਮਲੇ, ਕਦੇ ਮੀਟਿੰਗ ਹੁੰਦੀ ਹੈ ਚੇਨਈ, ਕਦੇ ਮੀਟਿੰਗ ਹੁੰਦੀ ਹੈ ਤਮਿਲਨਾਡੂ। ਇਹ ਮੀਟਿੰਗਾਂ ਹੁੰਦੀਆਂ 5-star ਹੋਟਲਾਂ ਦੇ ਵਿੱਚ। ਇਹਨਾਂ 91 ਮੀਟਿੰਗਾਂ ਤੇ 17 ਲੱਖ ਰੁਪਇਆ ਖਰਚਿਆ ਪੰਜਾਬ ਦਾ। 9 MLA ਨੇ 17 ਲੱਖ ਖਰਚਿਆ। 17 ਲੱਖ ਖਰਚ ਕੇ 2011 ਚ ਕਹਿੰਦੇ ਕਿਤਾਬਾਂ ਖਰੀਦ ਲਓ, ਕਿਤਾਬਾਂ ਖਰੀਦੀਆਂ 85,000 ਦੀਆਂ। 17 ਲੱਖ ਰੁਪਇਆ ਬਰਬਾਦ ਕੀਤਾ ਪੰਜਾਬ ਦਾ ਕਿਤਾਬਾਂ ਖਰੀਦੀਆਂ ਲਾਇਬ੍ਰੇਰੀ ਖਾਤਰ 85,000 ਦੀਆਂ। ਅਸੀਂ ਇਹਨਾਂ ਤੋਂ ਆਸ ਰੱਖੀ ਬੈਠੇ ਵੀ ਸਾਡੇ ਪੰਜਾਬ ਨੂੰ ਬਚਾਉਣਗੇ।